ਭਾਈ ਸਾਹਿਬ ਕਿਤੇ ਬਾਹਰਾਂ ਚਲੇ ਜਾਣ ਹੁਣ ਭਾਈ ਅਮਰਤਪਾਲ ਹੁਣੇ ਬਾਹਰ ਜਾਣਗੇ ਬਾਹਰ ਮੈਂ ਵੈਸੇ ਜਾਣਾ ਹੁੰਦਾ ਤੇ ਮੈਂ ਕੈਨੇਡਾ ਦੀ ਪੀਆਰ ਛੱਡ ਕੇ ਆਇਆ ਕਿ ਬਾਹਰ ਜਾਣ ਲਈ ਵਿਆਹ ਕਰਾਉਣਾ ਥੋੜੀ ਜ਼ਰੂਰੀ ਹੁੰਦਾ ਮੈਂ ਤੇ ਇੱਥੇ ਰਹੂੰਗਾ ਤੇ ਬੀਬੀ ਜੀ ਵੀ ਇੱਥੇ ਰਹਿਣਗੇ ਨਾਲ ਸਵੇਰ ਤੋਂ ਸਾਰੇ ਲੱਭ ਰਹੇ ਸਾਰੇ ਚਾਹੁੰਦੇ ਸੀਗੇ ਕਿ ਅਸੀਂ ਉਸ ਸਥਾਨ ਤੇ ਹੋਈਏ ਜਿਹੜਾ ਸਥਾਨ ਪਹਿਲਾਂ ਫਿਕਸ ਹੋਇਆ ਇਹ ਪ੍ਰੋਗਰਾਮ ਤਬਦੀਲ ਕਿਵੇਂ ਹੋਇਆ ਨਹੀਂ ਦੇਖੋ ਅਸੀਂ ਇਹਨੂੰ ਨਿੱਜੀ ਹੀ ਸਮਾਗਮ ਰੱਖਣਾ ਚਾਹੁੰਦੇ ਹਾਂ ਮੈਂ ਅੱਗੇ ਤੋਂ ਵੀ ਕਹਿਣਾ ਚਾਹੁੰਦਾ ਵੀ ਕਈ ਵਾਰ ਨਾ ਸੋਚੀ ਜਾਂਦੇ ਮੀਡੀਆ ਨਾਲ ਵੀ ਸੰਗੋਚ ਰੋ ਚਾਹੀਦਾ ਭਾਈ ਅਮਰਤਪਾਲ ਉਹੀ ਅਮਰਤਪਾਲ ਦबई ਵਾਲ ਲਗਾ ਲੈਣੀ ਸੀ ਕਿਤੇ ਇੱਕ ਸੰਸਥਾ ਦੀਆਂ ਜਾਂ ਇੱਕ ਆਰਗੇਨਾਈਜੇਸ਼ਨ ਦੀਆਂ ਜ਼ਿੰਮੇਵਾਰੀਆਂ ਸੀ ਅੱਜ ਪਰਵਾਰਕ ਜ਼ਿੰਮੇਵਾਰੀਆਂ ਵੀ ਮੋਟਿਆਂ ਤੇ ਪਈਆਂ ਹਨ ਸਭਾਹ ਸੱਚੇ ਪਾਤਸ਼ਾਹ ਦੇ ਗਿਰਪਦੇ ਨਾਲ ਪੰਥਕ ਸੇਵਾ ਪਹਿਲਾਂ ਵਾਂਗੀ ਤੁਝਾਈ ਦੇਊਗੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਹੋਰਾਂ ਦਾ ਅੱਜ ਵਿਆਹ ਹੋਇਆ ਅੱਜ ਜ਼ਿੰਦਗੀ ਦਾ ਨਵਾਂ ਸਫਰ ਗ੍ਰਸਤ ਜੀਵਨ ਦੀ ਸ਼ੁਰੂਆਤ ਹੋ ਗਈ ਹੈ ਕਵਾਂਗੇ ਭਾਈ ਅਮਰਤਪਾਲ ਸਾਡੇ ਨਾਲ ਨੇ ਭਾਈ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਅੱਜ ਗ੍ਰਸਥ ਜੀਵਨ ਦੀ ਸ਼ੁਰੂਆਤ ਹੋ ਗਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਜ਼ਿੰਮੇਵਾਰੀਆਂ ਅੱਜ ਪਹਿਲਾਂ ਇੱਕ ਸੰਸਥਾ ਦੀਆਂ ਜਾਂ ਇੱਕ ਆਰਗੇਨਾਈਜੇਸ਼ਨ ਦੀਆਂ ਜ਼ਿੰਮੇਵਾਰੀਆਂ ਸੀ ਅੱਜ ਪਰਿਵਾਰਕ ਜ਼ਿੰਮੇਵਾਰੀਆਂ ਵੀ ਮੋਢਿਆਂ ਤੇ ਪੈ ਗਈਆਂ ਭਾਈ ਸਾਹਿਬ ਹਮੇਸ਼ਾ ਗੰਭੀਰ ਰਹਿੰਦੇ ਆ ਤਾ ਮਿਲਦਾ ਅਜ ਤੋਂ ਬਾਅਦ ਗੰਭੀਰਤਾ ਚ ਕਈ ਵਾਰੀ ਪਰਿਵਾਰ ਦੇ ਵਿੱਚ ਹਾਸਾ ਖੇਡਾ ਵੀ ਹੁੰਦਾ ਔਰ ਗੰਭੀਰਤਾ ਜੋ ਥੋੜਾ ਬਹੁਤ ਬਾਹਰ ਪਰਿਵਾਰਕ ਰੁਝੇ ਮੇਜ ਵੀ ਆਉਣਾ ਪੈਂਦਾ ਹਨੀ ਦੇਖੋ ਸਾਰਾ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਗੰਭੀਰ ਵੈਸੇ ਹੀ ਰਹਿਣਾ ਚਾਹੀਦਾ ਤੇ ਹਾਸਾ ਖੇਡਾ ਵੀ ਜਦੋਂ ਲੋਡ ਪਵੇ ਜਿੰਨਾ ਲੋਕਾਂ ਨਾਲ ਹੋਵੇ ਉਹਨਾਂ ਨੇ ਕਰੀਦਾ ਹੀ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੰਥਕ ਸੇਵਾ ਪਹਿਲਾਂ ਵਾਂਗੀ ਜਾਰੀ ਰੱਖੂਗੀ ਸੋ ਮੈਨੂੰ ਉਮੀਦ ਹੈ ਵੀ ਸਗੋਂ ਹੋਰ ਸਹਿਯੋਗ ਮੈਨੂੰ ਪੰਥਕ ਸੇਵਾ ਚ ਹੁਣ ਮਿਲੂਗਾ ਸਤਗੁਰੂ ਕਿਰਪਾ ਕਰਨ ਗ੍ਰਸਤਾ ਜਿਹੜਾ ਹੁਕਮ ਹੈ ਸ ਕਉਨ ਨੂੰ ਨਿਭਾਉਣਾ ਵੀ ਜ਼ਰੂਰੀ ਹੈ ਤੇ ਇਦਾਂ ਹੀ ਜਿਹੜਾ ਪੰਥ ਦੀ ਸੇਵਾ ਦੇ ਵਿੱਚ ਆਪਾਂ ਤਤਪਰ ਰਵਾਂਗੇ ਭਾਈ ਸਾਹਿਬ ਇੱਕ ਜੀ ਨੂੰ ਲੈ ਕੇ ਨਾ ਅੱਜ ਸਵੇਰ ਤੋਂ ਹੀ ਇੱਕ ਸਵਾਲ ਸਾਰਿਆਂ ਦੇ ਜ਼ਿਹਨ ਦੇ ਵਿੱਚ ਸੀ ਕਿ ਗ੍ਰਸਥ ਜੀਵਨ ਤਾਂ ਗੁਰੂਆਂ ਦਾ ਹੁਕਮ ਹੋਇਆ ਕਿ ਗ੍ਰਸਥ ਜੀਵਨ ਦੇ ਵਿੱਚ ਰਹਿਣਾ ਗੁਰੂਆਂ ਨੇ ਵੀ ਇਹੀ ਸੰਦੇਸ਼ ਦਿੱਤਾ ਪਰ ਇਹਨੂੰ ਲੈ ਕੇ ਸੀ ਕਿ ਸਵੇਰ ਤੋਂ ਸਾਰੇ ਲੱਭ ਰਹੇ ਸਾਰੇ ਚਾਹੁੰਦੇ ਸੀਗੇ ਕਿ ਅਸੀਂ ਉਸ ਸਥਾਨ ਤੇ ਹੋਈਏ ਜਿਹੜਾ ਸਥਾਨ ਪਹਿਲਾਂ ਫਿਕਸ ਹੋਇਆ ਇਹ ਪ੍ਰੋਗਰਾਮ ਤਬਦੀਲ ਕਿਵੇਂ ਹੋਇਆ ਉਹਦੇ ਪਿੱਛੇ ਦੇ ਕੀ ਕਾਰਨ ਰਹੇ ਹਾਲਾਂਕਿ ਤੁਹਾਡਾ ਨਿੱਜੀ ਪਰਿਵਾਰਕ ਇਹ ਮਸਲਾ ਨਿੱਜੀ ਜ਼ਿੰਦਗੀ ਤੁਹਾਡੀ ਪਰ ਇਹ ਚੇਂਜ ਕਿਉਂ ਕਰਨਾ ਪਿਆ ਨਹੀਂ ਦੇਖੋ ਅਸੀਂ ਇਹਨੂੰ ਨਿੱਜੀ ਹੀ ਸਮਾਗਮ ਰੱਖਣਾ ਚਾਹੁੰਦੇ ਸੀ ਤੇ ਸਾਦਗੀ ਦਾ ਸਮਾਗਮ ਨਿੱਜੀ ਸਮਾਗਮ ਤਾਂ ਹੀ ਰੱਖਿਆ ਜਾ ਸਕਦਾ ਜੇ ਆਪਾਂ ਲਿਮਟਿਡ ਸੰਗਤ ਦੇ ਵਿੱਚ ਇਹ ਕੰਮ ਕਰੀਏ ਪਰਿਵਾਰਕ ਮੈਂਬਰਾਂ ਦੇ ਸੋ ਅਸੀਂ ਜਿੱਥੇ ਕੀਤਾ ਸੀ ਉਹ ਜਦੋਂ ਖਬਰ ਲੀਕ ਆਊਟ ਹੁੰਦੀ ਹੈ ਉਥੋਂ ਡਿਸਕਲੋਜ਼ ਹੁੰਦੀ ਹੈ ਫਿਰ ਸਾਨੂੰ ਅਲੋਕੇਸ਼ਨ ਚੇਂਜ ਕਰਨੀ ਪਈ ਕਿਉਂਕਿ ਉੱਥੇ ਫਿਰ ਮੀਡੀਆ ਦਾ ਸੰਗਤ ਜ਼ਿਆਦਾ ਹੋ ਸਕਦੀ ਸੀ ਉਸ ਤਰੀਕੇ ਦੇ ਨਾਲ ਫਿਰ ਉੱਥੇ ਇਹੋ ਜਿਹਾ ਸੌਖਾ ਨਹੀਂ ਰਹਿੰਦਾ ਕੰਮ ਹਨਾ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਬਾਰੇ ਉੱਥੇ ਗੁਰਦੁਆਰਾ ਸਾਹਿਬ ਆਏ ਅਸੀਂ ਵੀ ਉੱਥੇ ਸੀ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੀਡੀਆ ਕਰਕੇ ਜਾਂ ਫਿਰ ਤੁਹਾਡੇ ਇੱਕ ਨਾਮ ਕਰਕੇ ਰਿਸ਼ਤੇਦਾਰ ਕਈ ਵਿਆਹਾਂ 'ਚ ਸ਼ਾਮਲ ਹੋਣ ਤੋਂ ਰਹਿ ਗਏ ਚਲੋ ਅਸੀਂ ਉਹਨਾਂ ਨਾਲ ਬਾਅਦ 'ਚ ਜਿਹੜਾ ਵਾ ਮਿਲ ਮਿਲਾਵ ਕਰ ਲਾਂਗੇ ਜਿਹੜੇ ਰਿਸ਼ਤੇਦਾਰ ਹੁੰਦੇ ਉਹਨਾਂ ਦੇ ਮਿਲਦੇ-ਗਿਲ ਸੋ ਇਹ ਮੈਂ ਅੱਗੇ ਤੋਂ ਵੀ ਕਹਿਣਾ ਚਾਹੁੰਦਾ ਵੀ ਕਈ ਵਾਰ ਨਾ ਕੋਈ ਚੀਜ਼ਾਂ ਤੇ ਮੀਡੀਆ ਨੂੰ ਵੀ ਸੰਗੋਚਣਾ ਚਾਹੀਦਾ ਜਿੰਦਗੀ ਨਿੱਜੀ ਜ਼ਿੰਦਗੀ ਬੰਦੇ ਦੀ ਕੋਈ ਵੀ ਹੋਵੇ ਉਹਦੇ ਜੇ ਤੇ ਅਗਲਾ ਕੋ ਅਲੋਅ ਕਰਦਾ ਤੇ ਦਖਲ ਦੇਣਾ ਚਾਹੀਦਾ ਨਹੀਂ ਤੇ ਫਿਰ ਉੱਥੇ ਤੱਕ ਹੀ ਸੀਮਤ ਰੱਖਣਾ ਚਾਹੀਦਾ ਨਾ ਇਹ ਰੌਲਾ ਪੈਂਦਾ ਨਾ ਖਬਰਾਂ ਚੱਲਦੀਆਂ ਨਾ ਸਨ ਲੋਕੇਸ਼ਨ ਬਦਲਦੀ ਪੈਂਦੀ ਚੁੱਪਚੀ ਬੀਤੇ ਜਿਹੜਾ ਸੀ ਇਹ ਕਾਰਜ ਹੁੰਦਾ ਚਲੋ ਇੱਥੇ ਵੀ ਮਹਾਰਾਜ ਦੀ ਕਿਰਪਾ ਨਾਲ ਹੀ ਹੋਇਆ ਤਕਰੀਬਨ ਰਿਸ਼ਤੇਦਾਰ ਵੀ ਸ਼ਾਮਲ ਹੋਏ ਨੇ ਭਾਈ ਅਮਰਤਪਾਲ ਹੋਣੀ ਕਿਉਂਕਿ ਹੁਣ ਇੱਕ ਉਹ ਜਿਹੜਾ ਇੱਕ ਅਮਰਤਪਾਲ ਸੀ ਉਹ ਅਮਰਤਪਾਲ ਹੀ ਰਿਹਾ ਉਹ ਭਾਈ ਅਮਰਤਪਾਲ ਹੋ ਗਏ ਨੇ ਇੱਕ ਵੱਡੀ ਜਥੇਬੰਦੀ ਦੇ ਤੁਸੀਂ ਮੁਖੀ ਬਣ ਗਏ ਔਰ ਜ਼ਿੰਮੇਵਾਰੀਆਂ ਔਰ ਤੁਹਾਡੇ ਨਾਲ ਵੱਡੇ ਲੋਕ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੌਜਵਾਨ ਜੁੜ ਗਏ ਇਸ ਕਰਕੇ ਫਿਰ ਮੈਨੂੰ ਲੱਗਦਾ ਹੈ ਕਿ ਜਿਹੜਾ মিডিਆ ਦੀ ਵੀ ਦਖਲ ਹੁੰਦਾ ਜੀ ਜਾਂ ਫਿਰ ਲੋਕਾਂ ਦਾ ਇੰਟਰਸਟ ਹੈ ਜਿਹੜਾ ਉਹ ਸ਼ਾਇਦ ਉਸੇ ਕਰਕੇ ਵਾਜਦਾ ਜੇ ਭਾਈ ਅਮਰਤਪਾਲ ਉਹੀ ਅਮਰਤਪਾਲ ਦੁਬਈ ਵਾਲੇ ਹੁੰਦੇ ਤਾਂ ਫਿਰ ਮੈਨੂੰ ਲੱਗਦਾ ਅਸੀਂ ਵੀ ਨਾ ਇੱਥੇ ਆਏ ਹੁੰਦੇ ਅੱਜ ਅਲੀ ਚੰਗੀ ਗੱਲ ਹੈ ਦੇਖੋ ਸੰਗਤਾਂ ਦਾ ਪ੍ਰੇਮ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਆਪਾਂ ਸੰਗਤਾਂ ਨੂੰ ਇਹ ਤਾਂ ਨਹੀਂ ਵੀ ਖਬਰ ਲਗਾ ਲੈਣੀ ਸੀ ਕਿਤੇ ਪਰ ਕੁਝ ਚੀਜ਼ਾਂ ਜਿਹੜਾ ਸਾਦਗੀ ਵਿੱਚ ਕਰਨ ਦੀ ਆਪਾਂ ਗੱਲ ਕਰਦੇ ਹਾਂ ਉਹਨੂੰ ਸਿੱਧੇ ਰੂਪ ਚ ਸਾਦੇ ਰੂਪ ਚ ਨਹੀਂ ਤੇ ਆਪਾਂ ਵੇਖੇ ਨੇ ਵਿਆਹ ਹੁੰਦੇ ਨੇ ਤੇ ਮਤਲਬ ਕੈਮਰੇ ਵਾਲੇ ਬੰਦੇ ਕਿਥੋ ਕਿਥੋ ਤੱਕ ਜਾ ਵੜਦੇ ਨੇ ਪਰ ਸਾਨੂੰ ਇਹ ਚੀਜ਼ ਆ ਕਿ ਇਹ ਚੀਜ਼ ਤਾਂ ਮੈਨੂੰ ਪਰਸਨਲੀ ਮੈਂ ਚਾਹੁੰਦਾ ਮੇਰਾ ਤੇ ਸੰਗਤ ਚ ਵਿਚਰਨਾ ਹੈਗਾ ਹੀ ਹੈ ਪਰ ਮੈਂ ਨਹੀਂ ਚਾਹੁੰਦਾ ਵੀ ਮੇਰਾ ਪਰਿਵਾਰ ਜਿਹੜਾ ਵਾ ਉਹ ਵੀ ਕੈਮਰਿਆਂ ਦੇ ਅੱਗੇ ਤੁਰੇ ਫਰੇ ਮੈਨੂੰ ਪਰਸਨਲੀ ਲੱਗਦਾ ਵੀ ਇਹ ਗੱਲ ਠੀਕ ਨਹੀਂ ਅਜੇ ਤੁਹਾਡੇ ਪਰਿਵਾਰ ਬਾਰੇ ਜਰੂਰ ਸੰਗਤ ਕਿਉਂਕਿ ਜਿਹੜੇ ਤੁਹਾਨੂੰ ਚਾਹੁੰਦੇ ਨੇ ਜਿਹੜੇ ਤੁਹਾਨੂੰ ਜਾਣਦੇ ਨੇ ਉਹਨ ਤੁਹਾਡੇ ਪਰਿਵਾਰ ਬਾਰੇ ਵੀ ਜਾਣਨਾ ਚਾਹਣਗੇ ਕਿ ਹਾਲਾਂਕਿ ਨਾਮ ਦਾ ਪਤਾ ਹੈ ਤਸਵੀਰਾਂ ਲੋਕਾਂ ਨੇ ਦੇਖੀਆਂ ਨੇ ਪਰ ਤੁਹਾਡੇ ਮੂੰਹੋਂ ਤੁਹਾਡੇ ਪਰਿਵਾਰ ਬਾਰੇ ਹੁਣ ਜਾਣਨਾ ਚਾਹਣਗੇ ਤੁਹਾਡੇ ਜੀਵਨ ਸਾਥੀ ਬਾਰੇ ਇਹ ਦੇਖੋ ਮੈਂ ਪਹਿਲਾਂ ਤੁਹਾਨੂੰ ਤਾਂ ਜਾਣਦਾ ਸੋ ਜਿਹੜਾ ਵਾ ਸਤਿਗੁਰ ਨੇ ਜਦੋਂ ਸੰਜੋਗ ਬਣਾਉਣੇ ਉਹਦੇ ਵੀ ਬਣਾਉਣੇ ਨੇ ਜਿਹੜਾ ਵਾ ਉਹ ਯੂਕੇ ਤੋਂ ਰਹਿਣ ਵਾਲੇ ਨੇ ਹੁਣ ਇੱਥੇ ਰਹਿਣਗੇ ਮੇਰੇ ਤੇ ਇੰਨਾ ਕੀ ਜਾਣਕਾਰੀ ਹੈ ਬਸ ਕਿ ਇਹ ਵੀ ਕਹਿ ਰਹੇ ਆ ਕਿ ਭਾਈ ਸਾਹਿਬ ਕਿਤੇ ਬਾਹਰ ਨਾ ਚਲੇ ਜਾਣ ਹੁਣ ਭਾਈ ਅੰਮ੍ਰਿਤਪਾਲ ਹੋਣੀ ਬਾਹਰ ਜਾਣਗੇ ਜਾਂ ਬੀਬੀ ਜੀ ਹੋਣੀ ਇੱਥੇ ਹੋਣਗੇ ਨਹੀਂ ਦੇਖੋ ਬਾਹਰ ਮੈਂ ਵੈਸੇ ਜਾਣਾ ਹੁੰਦਾ ਤੇ ਮੈਂ ਕੈਨੇਡਾ ਦੀ ਪੀਆਰ ਛੱਡ ਕੇ ਆਇਆ ਤੇ ਮੈਨੂੰ ਇੱਥੇ ਬਾਹਰ ਜਾਣ ਦਾ ਇੱਥੇ ਕੀ ਸੀ ਬਾਹਰ ਜਾਣ ਦੇ ਸੌ ਸਾਧਨ ਨੇ ਮੇਰਾ ਪਰਿਵਾਰ ਵੈਸੇ ਵੀ ਬਾਹਰ ਕਈ ਬੰਦੇ ਹੈਗੇ ਨੇ ਪਰਿਵਾਰ ਚ ਸੋ ਮੈਨੂੰ ਐ ਲੱਗਦਾ ਵੀ ਇਹ ਤਾਂ ਬਿਲਕੁਲ ਨੌਨਸੈਂਸ ਜਾਂ ਲੌਜੀਕ ਹੈ ਤੇ ਬਾਹਰ ਜਾਣ ਲਈ ਵਿਆਹ ਕਰਾਉਣਾ ਥੋੜੀ ਜ਼ਰੂਰੀ ਹੁੰਦਾ ਸੋ ਅਸੀਂ ਤੇ ਮੈਂ ਤੇ ਇੱਥੇ ਰਹੂੰਗਾ ਤੇ ਬੀਬੀ ਜੀ ਵੀ ਇੱਥੇ ਰਹਿਣਗੇ ਨਾਲ ਕਿਉਂਕਿ ਉਹਨਾਂ ਨੇ ਕਿਤੇ ਮੇਰੇ ਤੋਂ ਵੱਖਰੇ ਬਾਹਰ ਹੀ ਚੱਲ ਜਾਣਾ ਇੱਕ ਹੋਰ ਵੀ ਕਈ ਤਰੀਕੇ ਚਰਚਾ ਬਣੀ ਉਹ ਪਹਿਲਾਂ ਕਹਿੰਦੇ ਕਿ ਉਹ ਸਾਡੇ ਪੇਸ਼ੇ ਨਾਲ ਸ਼ਾਇਦ ਤਾਲੁਕ ਰੱਖਦੇ ਰਹੇ ਨੇ ਮੀਡੀਆ ਦੇ ਵਿੱਚ ਸੀ ਉਹ ਨਾ ਮੈਚ ਕਰਨ ਕਰਕੇ ਮੀਡੀਆ ਨੇ ਗਲਤ ਖਬਰ ਚਲਾ ਦਿੱਤੀ ਮੇਰੇ ਖਿਆਲ ਨਾਲ ਨਾ ਮੈਚ ਕਰਨ ਕਰਕੇ ਨਾ ਜਿਹੜੇ ਉਹ ਮੀਡੀਆ ਵਾਲੀ ਲੜਕੀ ਦਾ ਜ਼ਿਕਰ ਹੋ ਰਿਹਾ ਉਹਨਾਂ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਾ 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 ਉਹ ਭੈਣ ਜੀ ਜਿਹੜਾ ਵਾ ਉਹ ਨਾਂ ਮੈਚ ਕਰਨ ਕਰਕੇ ਹੀ মিডিਆ ਨੇ ਗਲਤ ਖਬਰ ਲਵਾਤੀ ਯੂਕੇ ਤੋਂ ਹੁਣ ਕਰਕੇ ਉਹਨਾਂ ਦੇ ਸੋ ਇਹ ਕੋਈ ਤਾਲਕ ਵਾਲੀ ਗੱਲ ਨਹੀਂ ਸੀ ਤੁਸੀਂ ਕਿਉਂਕਿ ਗੁਰਸਿੱਖੋਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਬੀਬੀ ਜੂਣੀ ਵੀ ਕਿਉਂਕਿ ਤੁਹਾਡੇ ਨਾਲ ਵਿਆਹ ਹੋਣਾ ਤਾਂ ਉਹ ਵੀ ਗੁਰਸਿੱਖ ਨੇ ਉਹ ਵੀ ਅੰਮ੍ਰਿਤਧਾਰੀ ਹੋ ਗਏ ਨੇ ਤਾਂ ਉਹਨਾਂ ਨੇ ਫਿਰ ਹੁਣ ਵਿਆਹ ਤੋਂ ਪਹਿਲਾਂ ਅੰਮ੍ਰਿਤਧਾਰਨ ਕੀਤਾ ਅੰਮ੍ਰਿਤਪਾਣ ਕੀਤਾ ਜਾਂ ਫਿਰ ਕਦੋਂ ਤੋਂ ਉਹ ਵੀ ਗੁਰਸਿੱਖੀ ਬਾਣੇ ਚ ਰੀਸੈਂਟਲੀ ਕੀਤਾ ਕੁਝ ਦਿਨ ਪਹਿਲਾਂ ਹੀ ਕਿਉਂਕਿ ਦੇਖੋ ਜਿਹੜਾ ਵਾ ਉਹ ਯੂਕੇ ਸੀ ਯੂਕੇ ਤੋਂ ਜਦੋਂ ਆਏ ਉਦੋਂ ਬਾਅਦ ਇਹ ਮੁੱਦਮ ਚਾਰ ਕੀਤਾ ਤੁਸੀਂ ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੇ ਜ਼ਬਾਨੀ ਹੈ ਕਿ ਤੁਸੀਂ ਪਹਿਲਾਂ ਤੋਂ ਵਾਕਫ ਸੀ ਇੱਕ ਦੂਸਰੇ ਤੋਂ ਤਾਂ ਉਹਦੇ ਮੁਤਾਬਕ ਇਹਦਾ ਮਤਲਬ ਜਦੋਂ ਤੁਸੀਂ ਵੀ ਕਿਉਂਕਿ ਤੁਸੀਂ ਵੀ ਸਿੱਖੀ ਬਾਣੇ ਚ ਹੁਣੀ ਆਏ ਹੋ ਤੁਸੀਂ ਵੀ ਉਦੋਂ ਗੁਰਸਿੱਖ ਨਹੀਂ ਸੀ ਤੇ ਉਦੋਂ ਬੀਬੀ ਜੀ ਵੀ ਨਹੀਂ ਸੀ ਉਦੋਂ ਤੋਂ ਤੁਸੀਂ ਜਾਣਦੇ ਹੋ ਇੱਕ ਦੂਜੇ ਹਾਂਜੀ ਬਿਲਕੁਲ ਪਹਿਲਾਂ ਤੋਂ ਜਾਣਕਾਰੀ ਪਹਿਲਾਂ ਤੋਂ ਜਾਣ ਪਛਾਣ ਹੈ ਉਦੋਂ ਮੈਂ ਗੁਰਸਿੱਖ ਨਹੀਂ ਸੀ ਤੇ ਮੈਂ ਤੇ ਅਮਰਤ ਇੱਥੇ ਆ ਕੇ ਛੱਕਿਆ ਸੋ ਉਹਨਾਂ ਨੇ ਵੀ ਫਿਰ ਇੱਥੇ ਆ ਕੇ ਮਦਦ ਕੀਤੀ ਵਿਆਹ ਦਾ ਫੈਸਲਾ ਹੁਣ ਹੋਇਆ ਜਾਂ ਇਹ ਵੀ ਪਹਿਲਾਂ ਤੋਂ ਹੋਇਆ ਸੀ ਵਿਆਹ ਦਾ ਤਾਂ ਜਲਦੀ ਸੀ ਗੱਲ ਲੰਬੇ ਸਮੇਂ ਤੋਂ ਪਰ ਤਰੀਕ ਵਗੈਰਾ ਤੈਅ ਕਰਨ ਦੇ ਵਿੱਚ ਫਿਰ ਰਜੇਵੀਆਂ ਦੇ ਵਿੱਚੋਂ ਸਮਾਂ ਕੱਢ ਕੇ ਉਹ ਸਾਰਾ ਕੁਝ ਆਪਾਂ ਨੂੰ ਪਤਾ ਹੈ ਵੀ ਇਹ ਤੇ ਤਰੀਕਾ ਮਿਲ ਜੁਲ ਕੇ ਤੈਅ ਹੁੰਦੀਆਂ ਪਰਿਵਾਰਾਂ ਦੀਆਂ ਸੋ ਮੈਨੂੰ ਖਿਆਲ ਆ ਵੀ ਕੱਲ ਬਾਅਦ ਪਹਿਲਾਂਵੇਂ ਦੀ ਚੱਲਦੀ ਸੀ ਪਰ ਫਿਰ ਹੁਣ ਤਰੀਕ ਤੈ ਹੋਈ ਤੇ ਫਿਰ ਹੋ ਗਿਆ ਇੱਕ ਚੀਜ਼ ਹੋਰ ਸਮਝਣੀ ਚਾਹਾਂਗੇ ਕਿ ਇੱਕ ਜਦੁੱਤੀ ਵਾਲਾ ਹੁੰਦਾ ਉਹ ਆਪਣੀ ਧੀ ਜਦੋਂ ਕਿਸੇ ਨਾਲ ਵੀ ਵਿਆਹਦਾ ਤਾਂ ਬੜੀਆਂ ਚੀਜ਼ਾਂ ਦੇਖਦਾ ਧੀ ਸਾਡੀ ਸੁਖੀ ਰਹੂਗੀ ਧੀ ਦੇ ਖਾਣ ਪੀਣ ਲਈ ਹੈ ਪਰਿਵਾਰ ਕੇਜ ਹੈ ਇੱਥੇ ਧੀ ਨੂੰ ਕੋਈ ਟੈਨਸ਼ਨ ਤਾਂ ਨਹੀਂ ਹੋਏਗੀ ਅਮਰਤਪਾਲ ਹੋੜਾ ਦੇ ਨਾਲ ਕਈ ਤਰ੍ਹਾਂ ਦੀ ਕਿਉਂਕਿ ਕੌਂਟਰੋਵਰਸੀਆਂ ਵੀ ਜੁੜਗੀਆਂ ਜਿਸ ਲਹਿਰ ਦੀ ਤੁਸੀਂ ਗੱਲ ਕਰਦੇ ਹੋ ਉਹਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਵੀ ਜੁੜ ਗਏ ਤਾਂ ਕਿਤੇ ਇਸ ਗੱਲ ਨੂੰ ਲੈ ਕੇ ਤੁਹਾਡੇ ਸਹੁਰਾ ਪਰਿਵਾਰ ਵੱਲੋਂ ਕੋਈ ਚਿੰਤਾ ਕੋਈ ਬੀਬੀ ਜੀ ਵੱਲੋਂ ਕਦੇ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਗਈ ਕਿ ਭਾਈ ਅਮਰਤਪਾਲ ਜਦੋਂ ਆਪਣੀ ਗੱਲ ਸ਼ੁਰੂ ਹੋਈ ਸੀ ਉਦੋਂ ਤੁਸੀਂ ਕੁਝ ਹੋਰ ਸੀ ਪਰ ਉਸ ਤੋਂ ਬਾਅਦ ਤੁਹਾਡੀ ਲਾਈਨ ਬਦਲੀ ਤੁਹਾਡਾ ਸਰੂਪ ਬਦਲਿਆ ਇਹ ਸਾਰੀਆਂ ਚੀਜ਼ਾਂ ਕੀ ਤੁਹਾਡੇ ਰਿਸ਼ਤੇ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਜਾਂ ਫਿਰ ਉਹ ਸ਼ੁਰੂ ਤੋਂ ਇਹਨਾਂ ਚੀਜ਼ਾਂ ਤੋਂ ਵਾਕਿਫ ਸੀ ਦੇਖੋ ਬਦਲਾਅ ਦੇ ਵਿੱਚ ਕੁੱਝ ਦਿੱਕਤਾਂ ਤੇ ਆਉਂਦੀਆਂ ਐ ਐਕਸਟ੍ਰੀਮ ਚੇਂਜਸ ਜਿਹੜੇ ਆਉਂਦੇ ਆ ਇਹ ਹਰ ਬੰਦੇ ਲਈ ਸੌਖੇ ਨਹੀਂ ਸਾਡੇ ਵਾਸਤੇ ਤੇ ਸੌਖੇ ਚਲੋ ਅਸੀਂ ਮਹਾਰਾਜ ਨੇ ਕਿਰਪਾ ਕੀਤੀ ਹੈ ਸੋ ਪਰ ਫਿਰ ਵੀ ਮੈਨੂੰ ਸਹਯੋਗ ਮਿਲਿਆ ਮੈਂ ਵੀ ਕਈ ਜਮਾਂ ਸ਼ਿਕਾਇਤ ਕਿਸੇ ਨੇ ਨਹੀਂ ਕੀਤੀ ਪਰ ਫਿਕਰ ਹਰ ਇੱਕ ਨੂੰ ਹੁੰਦਾ ਉਹ ਸਾਡੇ ਆਪਣੇ ਘਰਦਿਆਂ ਨੂੰ ਮੇਰੇ ਨੂੰ ਵੀ ਹੈਗਾ ਉਹ ਸਾਰਿਆਂ ਨੂੰ ਸੁਭਾਵਿਕ ਤੌਰ ਤੇ ਫਿਕਰ ਹੋਣਾ ਸੋ ਇਹਨਾਂ ਕਹੇ ਆ ਵੀ ਬਾਕੀ ਸਹਯੋਗ ਸਤਿਗੁਰ ਦੀ ਕਿਰਪਾ ਨਾਲ ਬੀਬੀ ਜੀ ਦੀ ਕੀ ਭੂਮਿਕਾ ਰਹਿਣ ਵਾਲੀ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਅੱਗੇ ਜੀ ਤੌਰ ਤੇ ਉਹਨਾਂ ਦੇ ਜੀਵਨ ਪੰਥਕ ਸਾਫੀਆਂ ਦੇ ਵਿੱਚ ਉਹਨਾਂ ਦਾ ਕੋਈ ਉਹ ਪਰਿਵਾਰ ਸੰਭਣਗੇ ਇਹ ਬਾਹਰ ਜਥੇਬੰਦੀ ਨਾਲ ਤੁਸੀਂ ਇਕੱਲੇ ਰਹੋ ਨਹੀਂ ਹਾਂਜੀ ਉਹ ਬਿਲਕੁਲ ਉਹਨਾਂ ਦਾ ਨਿੱਜੀ ਆ ਸਾਡਾ ਆਪਣਾ ਦੋਨਾਂ ਚੀਜ਼ਾਂ ਨੂੰ ਵੱਖੋ ਵੱਖ ਰੱਖੋਗੇ ਬਿਲਕੁਲ ਜੀ ਪ੍ਰਾਈਵੇਟ ਲਾਈਫ ਵੱਖਰੀ ਤੇ ਪੰਥਕ ਵੱਖਰੀ ਤਾਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਬਹੁਤ ਬਿਮਾਰਕਾਂ ਜੀ ਗ੍ਰਸਤ ਜੀਵਨ ਸ਼ੁਰੂਆਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਅਮਰਪਾਲ ਸਿੰਘ ਹਣੀ ਅੱਜ ਤੋਂ ਗ੍ਰਸਤ ਜੀਵਨ ਦੀ ਸ਼ੁਰੂਆਤ ਹੋ ਗਈ ਹੈ ਔਰ ਬੜੀਆਂ ਚੀਜ਼ਾਂ ਉਹਨਾਂ ਨੇ ਆਪਦੇ ਮੂੰਹੋਂ ਸਾਫ਼ ਤੌਰ ਤੇ ਇੱਕ ਤਾਂ ਜਿਹੜੀ ਜਗ੍ਹਾ ਬਦ ਅਸੀਂ ਇਸ ਨੂੰ ਨਿੱਜੀ ਰੱਖਣਾ ਚਾਹੁੰਦੇ ਸੀ ਇਸ ਕਰਕੇ ਜਗਾ ਬਦਲੀ ਗਈ ਤਾਂਕਿ ਨਿੱਜੀ ਪਲਾਂ ਨੂੰ ਨਿੱਜੀ ਰੱਖਿਆ ਜਾਵੇ ਦੂਜਾ ਕਿਉਂਕਿ ਪਰਿਵਾਰ ਕੋਲ ਉਹਨਾਂ ਦਾ ਇਹ ਮਸਲਾ ਸੀ ਦੂਜੀ ਗੱਲ ਉਹਨਾਂ ਨੇ ਸਾਫ਼ ਕੀਤਾ ਕਿ ਮੈਂ ਬਿਲਕੁਲ ਉਸ ਲੜਕੀ ਨੂੰ ਪਹਿਲਾਂ ਤੋਂ ਜਾਣਦਾ ਸੀ ਉਦੋਂ ਉਹ ਵੀ ਸਿੱਕੀ ਸਰੂਪ ਚ ਨਹੀਂ ਸੀ ਪਈ ਅਮਰਤਪਾਲ ਹੋਣੀ ਵੀ ਅਮਰਤਪਾਲ ਸਿੰਘ ਸੀ ਉਦੋਂ ਤੋਂ ਵਾਕਿਫ ਨੇ ਔਰ ਬੜਾ ਉਹਨਾਂ ਨੇ ਸਪਸ਼ਟ ਕਿਹਾ ਕਿ ਦੋਨਾਂ ਪਰਿਵਾਰਾਂ ਦੀ ਉਦੋਂ ਤੋਂ ਗੱਲਬਾਤ ਹੋ ਰਹੀ ਸੀ ਪਰ ਹੁਣ ਜਾ ਕੇ ਜਦੋਂ ਗੱਲਬਾਤ ਸਿਰੇ ਲੱਗੀ ਆ ਤਾਂ ਦੋਹਾਂ ਧਿਰਾਂ ਦੇ ਵਿੱਚ ਸਹਿਮਤੀ ਬਣਨ ਤੋਂ ਬਾਅਦ ਅੱਜ ਵਿਆਹ ਬੰਧਨ ਦੇ ਵਿੱਚ ਵੱਜ ਗਏ ਨੇ ਔਰ ਇੱਕ ਗੱਲ ਹੋਰ ਬੜੀ ਸਾਫ਼ ਕੀਤੀ ਆ ਕਿ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ ਉਹ ਪਰਿਵਾਰਕ ਤੌਰ ਤੇ ਉਹ ਪਰਿਵਾਰ ਸੰਭਾਲਣਗੇ ਔਰ ਜਥੇਬੰਦੀ ਦੇ ਨਾਲ ਉਹਨਾਂ ਨੂੰ ਪਰਿਵਾਰਕ ਔਰ ਜਥੇਬੰਦੀ ਵੱਖ-ਵੱਖ ਕਰਕੇ ਉਹਨਾਂ ਨੇ ਕਿਹਾ ਕਿ ਦੋਨਾਂ ਚੀਜ਼ਾਂ ਨੂੰ ਦੇਖਿਆ ਜਾਵੇਗਾ ਤੇ ਰੱਖਿਆ ਜਾਵੇਗਾ ਕੈਮਰਾਮੈਨ ਸੜਮ ਪ੍ਰੀਤ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਸ਼੍ਰੀ ਅਮਰਸਾ ਸਾਹਿਬ